ਜੀ ਜਿਹੜੀ ਆਹ ਵੀਡੀਓ ਹੈ ਸਿਰਫ ਕਿਸਾਨ ਭਰਾਵਾਂ ਵਾਸਤੇ ਆ, ਜਿਨ੍ਹਾਂ ਦੀ ਤੂੜੀ ਧੜਾਂ ਦੇ ਵਿੱਚ ਪਈ ਆ ਜਾਂ ਆਪਣੇ ਘਰਾਂ ਦੇ ਵਿੱਚ ਕੋਠਿਆਂ ਦੇ ਵਿੱਚ ਤੂੜੀ ਪਈ ਆ, ਹਨਾ। ਤੇ ਹੁਣ ਜਿਨ੍ਹਾਂ ਨੇ ਨਹੀਂ ਵੇਚੀ, ਜਿਨ੍ਹਾਂ ਨੇ ਵੇਚਤੀ ਉਹਨਾਂ ਨੂੰ ਰੇਟ ਦਾ ਪਤਾ, ਜਿਨ੍ਹਾਂ ਨੇ ਹੁਣ ਵਿਚਾਰਿਆਂ ਨੇ ਵੇਚੀ ਨਹੀਂ ਹੈਗੀ ਤੇ ਤੂੜੀ ਪਈ ਆ, ਉਹਦਾ ਰੇਟ ਆ ਵੀਡੀਓ ਦੇ ਵਿੱਚ ਦੱਸ ਦਿੰਦੇ ਆਪਾਂ ਵੀ, ਹਨਾ, ਕਿੰਨਾ ਕੁ ਸੀਗਾ। ਆਪਾਂ ਤੂੜੀ ਵੇਚੀ ਸੀਗੀ ਤਾਂ ਕਰਕੇ ਜਿੰਨਾ ਕੁ ਆਪਾਂ ਨੂੰ ਪਤਾ ਸੀਗਾ ਉਨਾ ਕੁ ਆਪਾਂ ਹੁਣ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ। ਤੇ ਆਪਾਂ ਵੀ ਤੂੜੀ ਵੇਚੀ ਆ ਥੋੜ੍ਹੀ ਜੀ, ਤੇ ਮੰਨ ਕੇ ਚੱਲੋ 30 ਕੁਇੰਟਲ ਵੇਚਿਆ, 30-32 ਕੁਇੰਟਲ। ਤੇ ਉਹ ਵੀ ਆਪਾਂ ਰੇਟ ਤੁਹਾਨੂੰ ਆਪਾਂ ਦੱਸ ਦਾਂਗੇ ਕੀ ਆ, ਪਿਛਲੀ ਵਾਰ ਕਿੰਨੇ ਨੂੰ ਵੇਚੀ ਸੀ ਯਾਰ, ਉਹ ਵੀ ਦੱਸ ਦਿੰਦੇ ਹਾਂ, ਹਨਾ। ਤੇ ਤੁਸੀਂ ਕੀ ਕਰਨਾ ਗਾ ਹੁਣ, ਆਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਦੇਣਾ। ਤਾਂ ਜੇ ਤੁਸੀਂ ਯੂਟਿਊਬ ਤੇ ਵੀਡੀਓ ਦੇਖਦੇ ਹੋ ਤਾਂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਲਾ, ਤੇ ਇੱਕ ਨੀਚੇ ਲਾਲ ਜਿਹਾ ਬਟਨ ਹੈਗਾ ਉਹ ਬਟਨ ਨੂੰ ਦੱਬ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਓ। ਹੁਣ ਭਾਈ ਜਿਹੜੀ ਤੂੜੀ ਆਪਾਂ ਉਹ ਕਰੀ ਆ ਭਰਾਈ ਆ, ਉਹਦਾ ਰੇਟ ਤਾਂ ਹੁਣ ਦੇਖੋ 520 ਤੇ 30 ਰੁਪਏ ਸੀਗਾ। ਹੋ ਸਕਦਾ ਪਿੰਡਾਂ ਦੇ ਵਿੱਚ ਅਲੱਗ ਅਲੱਗ ਰੇਟ ਹੁੰਦਾ, ਹਨਾ। ਹੁਣ ਕਿਸੇ ਪਿੰਡ 'ਚ ਘੱਟੋ ਘੱਟ 20-30 ਰੁਪਏ ਮੰਨ ਲਓ ਵੱਧ ਵੀ ਹੁੰਦਾ ਤੇ ਘੱਟ ਵੀ ਹੁੰਦਾ ਰੇਟ, ਤੇ ਅਲੱਗ ਅਲੱਗ ਹੁੰਦਾ ਗਾ। ਜਿਹੜੀ ਆਪਾਂ ਤੂੜੀ ਭਰਾਈ ਆ ਇਸ ਟਾਈਮ ਅੱਜ ਤੋਂ 8-9 ਦਿਨ ਪਹਿਲਾਂ, ਉਹ ਬਈ 520 ਰੁਪਏ ਨੂੰ ਆਪਾਂ ਭਰਾਈ ਆ ਤੂੜੀ। ਹੋ ਸਕਦਾ 10 ਰੁਪਏ ਹੋਰ ਕਿਸੇ ਦੀ ਵੱਧ, ਵੀ ਤੂੜੀ ਵੀ 10 ਰੁਪਏ ਵੱਧ ਦੇ ਕੇ ਲੈ ਕੇ ਚੱਕ ਲਈ ਹੋਵੇ, ਬਸ ਇੰਨਾ ਕੁ ਰੇਟ ਹੀ ਹੈਗਾ 520 ਤੇ 30 ਰੁਪਏ, ਉਹ ਵੀ ਖਿੱਚ ਕੇ। ਤੇ ਆਪਾਂ ਜਿਹੜੀ ਤੂੜੀ ਇਹ ਭਰਾਈ ਆ ਉਹਦਾ ਰੇਟ ਆ। ਹੁਣ ਜਿਹੜੀਆਂ ਵੱਡੀਆਂ ਟਰਾਲੀਆਂ ਨੇ ਭੂੰਗ ਵਾਲੀਆਂ, ਉਹਨਾਂ ਦਾ ਹੋ ਸਕਦਾ ਵੀ ਵੱਧ ਵੀ ਹੋਵੇ, ਉਹਨਾਂ ਬਾਰੇ ਆਪਾਂ ਨੂੰ ਨਹੀਂ ਪਤਾ। ਆਪਾਂ ਹੁਣ ਜਿਹੜੇ ਪੀਟਰ ਜਿਹੜੇ ਹੈਗੇ ਆ ਭਰਦੇ ਆ, ਉਹਨਾਂ 'ਚ ਸਿਰਫ 16 ਕੁਇੰਟਲ ਤੂੜੀ ਪੈਂਦੀ ਆ। ਉਸ ਹਿਸਾਬ ਦੇ ਨਾਲ ਆਪਾਂ ਜਿਹੜਾ ਰੇਟ ਹੈਗਾ ਉਹ ਦੱਸਿਆ ਗਾ। ਹੋ ਸਕਦਾ ਵੱਡੀਆਂ ਟਰਾਲੀਆਂ ਤੋਂ ਥੋੜ੍ਹਾ ਜਿਹਾ ਵੱਧ ਰੇਟ ਹੋਵੇ, ਇਹਨਾਂ ਦਾ ਰੇਟ ਘੱਟ ਹੋਵੇ, ਕਿਉਂਕਿ ਉਹਨਾਂ ਦਾ ਲੇਬਰ ਖਰਚਾ ਜ਼ਿਆਦਾ ਹੁੰਦਾ, ਇਹਨਾਂ ਦਾ ਲੇਬਰ ਖਰਚਾ ਜਿਹੜਾ ਘੱਟ ਹੁੰਦਾ। ਹੁਣ ਪਿਛਲੀ ਵਾਰ ਦੀ ਵੀ ਗੱਲ ਦੱਸ ਦਿੰਦਾ, ਪਿਛਲੀ ਵਾਰ ਰੇਟ ਕਿੰਨਾ ਸੀਗਾ ਤੂੜੀ ਦਾ, ਆਪਾਂ ਹੁਣ ਪਹਿਲਾਂ ਤਾਂ ਚੁਕਾਈ ਸੀਗੀ 800 ਰੁਪਏ ਨੂੰ 1 ਕੁਇੰਟਲ, ਤੇ ਉਦੋਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਰੇਟ ਵੱਧ ਗਿਆ ਤੇ ਫਿਰ ਆਪਾਂ ਚੁਕਾਈ ਸੀਗੀ 900 ਰੁਪਏ ਨੂੰ ਪਿਛਲੇ ਸਾਲ। ਇੱਕੀ ਰੇਟ ਕਿਉਂ ਨਹੀਂ ਵਧਿਆ? ਇੱਕੀ ਰੇਟ ਵਧਣ ਦਾ ਕਾਰਨ ਦੇਖੋ, ਇੱਕ ਤਾਂ ਲੋਕਾਂ ਦੇ ਵੀ ਚਾਰ ਸੀਗੇ ਜਿਹੜੇ, ਉਹ ਚਾਰ ਹਰ ਇੱਕ ਦਾ ਚਾਰ ਪਾਇਆ ਵਾ ਸੀਗਾ, 2 ਕਿੱਲਿਆਂ ਦਾ, 3 ਕਿੱਲਿਆਂ ਦਾ, 2 ਕਿੱਲੇ ਤੋਂ ਤਾਂ ਘੱਟ ਕਿਸੇ ਦਾ ਚਾਰ ਹੈ ਹੀ ਨਹੀਂ ਸੀ ਇਸ ਵਾਰ। ਹੁਣ ਜਿਹੜਾ ਪਿਛਲੀ ਵਾਰ ਸੀਗਾ, ਪਿਛਲੀ ਵਾਰ ਚਾਰ ਬਹੁਤ ਘੱਟ ਪਏ ਸੀਗੇ, ਇਸ ਵਾਰ ਚਾਰ ਥੋੜ੍ਹੇ ਜਿਹੇ ਵੱਧ ਪਏ ਵੀ ਨੇ, ਤਾਂ ਕਰਕੇ ਤੂੜੀ ਦਾ ਰੇਟ ਆ ਜਿਹੜਾ ਉੱਥੇ ਕੀ ਹੀ ਹੈਗਾ ਖੜਾ, ਵੀ ਰੇਟ ਵਧੂਗਾ ਕੀ, ਹੋ ਸਕਦਾ ਵੀ ਰੇਟ ਹੁਣ ਇੱਥੇ ਕੀ ਰਹੂਗਾ ਮੇਰੇ ਹਿਸਾਬ ਦੇ ਨਾਲ। ਤੇ ਹੁਣ ਪਿਛਲੀ ਵਾਰ ਦਾ ਤਾਂ ਰੇਟ ਹੁਣ ਤੁਹਾਨੂੰ ਪਤਾ ਹੀ ਸੀਗਾ, ਬਹੁਤ ਸੀਗਾ, 800, 900, 1000, 1100 ਦੇ ਵੀ ਤੂੜੀ ਦਾ ਰੇਟ ਆ ਜਿਹੜਾ ਉਹ ਵੱਗ ਗਿਆ ਸੀਗਾ। ਤੇ ਹੁਣ ਜਿਹੜਾ ਅੱਜ ਦਾ ਰੇਟ ਹੈਗਾ 520 ਤੇ 30 ਰੁਪਏ, ਬਸ ਇੱਥੇ ਕੁ ਚੱਲਦਾ ਸਿਰਫ ਖਿੱਚ ਕੇ, ਜਿੰਨਾ ਕੁ ਮੈਨੂੰ ਪਤਾ ਲੱਗਿਆ ਸੀ। ਆਪਾਂ ਸਿਰਫ ਪੀਟਰ ਜਿਹੜੇ ਹੈਗੇ ਸੀਗੇ ਭਰਾਏ, 15-16 ਕੁਇੰਟਲ ਪੈਂਦੀ ਸੀ ਉਹਦੇ ਵਿੱਚ, ਤੇ ਦੋ ਤਿੰਨ ਦੋ ਗੇੜੇ ਆ ਭਰਾਏ ਸੀਗੇ, ਸਾਰੇ ਮੈਨੂੰ ਲੱਗਦਾ 30-32 ਕੁਇੰਟਲ ਹੋਏ ਸੀਗੇ। ਤੇ ਉਹਦਾ ਰੇਟ ਬਸ ਇੰਨਾ ਕੀ ਸੀਗਾ। ਤੇ ਜਿੰਨਾ ਕੁ ਆਪਾਂ ਨੂੰ ਹੁਣ ਪਤਾ ਲੱਗਿਆ, ਤੁਹਾਡੇ ਤੱਕ ਉਨੀ ਕੁ ਵੀਡੀਓ ਸ਼ੇਅਰ ਕਰੀ ਆ। ਤੇ ਬਾਕੀ ਹੁਣ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਪੇਜ ਨੂੰ ਫੋਲੋ ਕਰ ਦਿਓ, ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ।